ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਅਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਅੱਜ 21 ਜਨਵਰੀ ਦਿਨ ਮੰਗਲਵਾਰ ਆਪਣੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਥ ਦੇਣਗੇ ਜਸਪਾਲ ਸਿੰਘ ਮਾਨ ਜੀ। ਜਸਪਾਲ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਭਾਜੀ, ਸਤਿ ਸ੍ਰੀ ਅਕਾਲ, ਨਾਲ ਦੀ ਨਾਲ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4682725200 ਦੇ ਉੱਤੇ, ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਜੀ ਐਂਡ ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਰਾ 'ਚ ਲੋਕੇਸ਼ਨ ਨੇ, ਕਾਲ ਨੇ ਮਾਸੋ ਹੋਤਾ 209-277-0113, ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫੈਸਟੂ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 5983744-4141 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-9798 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਜਸਪਾਲ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਜੇ ਐੱਨ ਯੂ ਨੇ RTI ਦਾ ਜਵਾਬ ਦੇ ਕੇ ਖੋਲ੍ਹੀ ਆਪਣੀ ਪੋਲ, 3-4-5 ਜਨਵਰੀ ਦੀ ਘਟਨਾ ਬਾਰੇ ਇੱਕ ਹੋਰ ਵੱਡਾ ਸੱਚ ਸਾਹਮਣੇ ਆਇਆ। ਦੇਖੋ ਬਿਲਕੁਲ, ਦਰਅਸਲ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੇ ਨਾਲ ਜੇ ਐੱਨ ਯੂ ਦੇ ਵਿੱਚ ਹੋਇਆ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਅੰਦਰ ਹੋਇਆ, ਸਾਰਿਆਂ ਨੂੰ ਪਤਾ ਹੈ ਨਾ ਕਿ ਕਿਸ ਤਰ੍ਹਾਂ ਦੇ ਨਾਲ ਉੱਥੇ ਜਿਹੜਾ ਅੰਦਰ ਆ ਜਿਹੜਾ ਉਹ ਵਿਦਿਆਰਥੀਆਂ ਦੀ ਕੁੱਟਮਾਰ ਹੋਈ ਆ, ਉਹ ਤਸਵੀਰਾਂ ਵੀ ਸਾਰਿਆਂ ਨੇ ਸਾਹਮਣੇ ਆਈਆਂ ਨੇ। ਉਸ ਤੋਂ ਬਾਅਦ ਵੱਡੀ ਗੱਲ ਇਹ ਹੋਈ ਕਿ ਜਿਹੜੀ FIR ਹੋਈ ਆ ਉਹਦੇ ਵਿੱਚ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੀ ਸਟੇਟਮੈਂਟ ਕੀ ਸੀ, ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਸਟੇਟਮੈਂਟ ਦਿੱਤੀ ਸੀ। ਉਹਨਾਂ ਨੇ ਆਖਿਆ ਸੀ ਕਿ 3 ਜਨਵਰੀ ਨੂੰ ਆ ਜਿਹੜਾ ਉਹ ਨਕਾਬਪੋਸ਼ ਆ ਜਿਹੜੇ ਉਹ ਵਿਦਿਆਰਥੀ ਆ, ਉਹਨਾਂ ਦਾ ਇੱਕ ਜਿਹੜਾ ਕਹਿ ਲਓ ਕਿ ਇਕੱਠ ਸੀਗਾ ਉਹ ਅੰਦਰ ਆਇਆ, ਉਹਨਾਂ ਨੇ ਆ ਕੇ ਬਿਜਲੀ ਦੀ ਸਪਲਾਈ ਹੈ ਜਿਹੜੀ ਉਹ ਵੀ ਬੰਦ ਕੀਤੀ, ਜ਼ਬਰਦਸਤ ਜਿਹੜਾ ਤਰੀਕੇ ਨਾਲ ਉੱਥੇ ਉਹਨਾਂ ਨੇ ਜਿਹੜਾ ਉਹ ਭੰਨ ਤੋੜ ਵੀ ਕੀਤੀ, ਸਰਵਰ ਵੀ ਬੰਦ ਰਿਹਾ, CCTV ਕੈਮਰੇ ਆ ਜਿਹੜੇ, ਬਾਇਓਮੈਟ੍ਰਿਕ ਜਿਹੜਾ ਅਟੈਂਡੈਂਸ ਆ ਜਾਂ ਇੰਟਰਨੈਟ ਦੀਆਂ ਸੇਵਾਵਾਂ ਨੇ ਜਿਹੜੀਆਂ ਉਹ ਸਾਰੀਆਂ ਉੱਥੇ ਬੰਦ ਰਹਿੰਦਾ। ਇਹ ਖ਼ਬਰਾਂ ਜਿਹੜੀਆਂ ਪਹਿਲਾਂ ਸਾਰਿਆਂ ਨੇ ਪੜ੍ਹੀਆਂ ਨੇ ਜਾਂ ਸਾਰਿਆਂ ਨੇ ਸੁਣਨਾ ਨੇ, ਇਸ ਤਰ੍ਹਾਂ ਦੀ ਤਸਵੀਰਾਂ ਵੀ ਸਾਹਮਣੇ ਆਈਆਂ। ਪਰ ਹੁਣ ਉਸ ਤੋਂ ਬਾਅਦ ਹੁਣ ਜਿਹੜਾ ਉਹਦੇ ਵਿੱਚ ਇਹ ਆ ਕਿ ਉਹਦੇ ਵਿੱਚ RTI ਦੇ ਵਿੱਚ ਖੁਲਾਸਾ ਹੋਇਆ, ਇੱਕ RTI ਜਿਹੜੀ ਨੈਸ਼ਨਲ ਕੰਪੇਨ ਫੋਰ ਪੀਪਲਸ ਰਾਈਟ ਟੂ ਇਨਫੋਰਮੇਸ਼ਨ ਦੇ ਜਿਹੜਾ ਇਹਨਾਂ ਦੇ ਮੈਂਬਰ ਨੇ ਸੌਰਵ ਦਾਸ, ਉਹਨਾਂ ਨੇ RTI ਹੈ ਜਿਹੜੀ ਉਹ ਲਈ ਸੀ, RTI ਲਈ ਆ। ਉਹਦੇ ਵਿੱਚ ਹੁਣ ਇਹਨਾਂ ਸਟੇਟਮੈਂਟਾਂ ਦੇ ਉਲਟ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਸੀ ਜਾਂ ਜੋ ਦਾਅਵੇ ਕੀਤੇ ਸੀ ਕਿ ਬਾਇਓਮੈਟ੍ਰਿਕ ਪ੍ਰਣਾਲੀ ਹੈ ਜਿਹੜੀ ਉਹਦੇ ਨਾਲ ਨਾਲ CCTV ਕੈਮਰੇ ਤੋੜੇ ਗਏ ਆ, ਹੁਣ ਉਹਦੇ ਉਲਟ ਜਿਹੜਾ ਉਹ ਤੱਥ ਸਾਹਮਣੇ ਆਏ ਨੇ। ਤਾਂ ਹੁਣ RTI ਦੇ ਵਿੱਚ ਜਿਹੜੀਆਂ ਨੇ ਉਹ ਗੱਲਾਂ ਹੋਰ ਸਾਫ਼ ਹੋਈਆਂ ਨੇ। ਉਹਦੇ ਵਿੱਚ ਜਿਹੜਾ ਇਹ ਆਖਿਆ ਗਿਆ RTI ਦੇ ਤਹਿਤ ਜਿੰਨੀ ਕੁ ਇਨਫੋਰਮੇਸ਼ਨ ਦਿੱਤੀ ਆ ਕਿ ਪਹਿਲੇ ਹਫ਼ਤੇ ਜਨਵਰੀ ਦੇ ਵਿੱਚ ਜਿਹੜਾ ਇਹ ਤੋੜ ਭੋੜ ਆ ਜਿਹੜੀ ਉਹ ਨਹੀਂ ਹੋਈ, ਜਿਸ ਤੋਂ ਭਾਵ ਕਿ ਜਿਹੜੀਆਂ ਸਟੇਟਮੈਂਟਾਂ ਦੇ ਤਹਿਤ FIR ਹੋਈ ਆ ਜਾਂ ਜਿਹੜੇ ਐਲੀਗੇਸ਼ਨ ਲੱਗੇ ਨੇ ਉਹ ਸਾਰੇ ਹੁਣ ਝੁਕਲਾਏ ਜਾ ਰਹੇ ਆ, ਕਿਉਂਕਿ ਪਹਿਲਾਂ ਯੂਨੀਵਰਸਿਟੀ ਤਰਫੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਆਈ ਜਾਂ ਇਸ ਤਰ੍ਹਾਂ ਦੇ ਨਾਲ ਸਟੇਟਮੈਂਟਾਂ ਆਈਆਂ, FIR ਹੋਈ, ਹੁਣ ਆ ਕੇ ਇਹ ਤੱਥ ਸਾਹਮਣੇ ਆ ਜਾਣੇ ਆ ਕਿ ਲੀਗਲ ਡਾਕੂਮੈਂਟ ਆ ਜਿਹੜਾ ਉਹ RTI ਦੇ ਤਹਿਤ ਆਉਂਦਾ। ਤਾਂ ਉਸ ਦੇ ਤਹਿਤ ਇਹ ਇਨਫੋਰਮੇਸ਼ਨ ਆਈ ਆ ਕਿ ਇਹਨਾਂ ਸਮੇਂ ਦੇ ਦਰਮਿਆਨ ਆ ਜਿਹੜਾ ਉਹ ਇਸ ਤਰ੍ਹਾਂ ਦਾ ਕੁਝ ਵੀ ਹੋਇਆ ਨਹੀਂ ਹੈ। ਤਾਂ ਇਹਦੇ ਨਾਲ ਇਹ ਆ ਕਿ ਜਿਹੜੇ ਪਹਿਲਾਂ ਦੀਆਂ ਗੱਲਾਂ ਆਖੀਆਂ ਗਈਆਂ ਸੀ ਉਹ ਸਾਰੇ ਤੱਥ ਆ ਜਿਹੜੇ ਉਹ ਉਲਟ ਫਿਰ ਉਹਨਾਂ ਦੇ ਬਿਆਨ ਆ ਜਿਹੜੇ ਉਹ ਆਉਂਦੇ ਨੇ। ਹੁਣ ਇਹਦੇ ਵਿੱਚ ਕਈ ਪੁਆਇੰਟ ਆ ਜਿਹੜੇ ਉਹ ਬਣਾ ਕੇ ਉਹਨਾਂ ਨੇ ਟੈਕਨੀਕਲ ਤਰੀਕੇ ਦੇ ਨਾਲ RTI ਹਨਾ ਇਨਫੋਰਮੇਸ਼ਨ ਮੰਗੀ ਆ। ਉਹਦੇ ਵਿੱਚ ਉਹਨਾਂ ਨੇ 30 ਦਸੰਬਰ 2019 ਤੋਂ ਲੈ ਕੇ 8 ਜਨਵਰੀ 2020 ਤੱਕ ਦਾ ਜਿਹੜਾ ਰਿਕਾਰਡ ਆ ਜਿਹੜਾ ਉਹ ਉਹਨਾਂ ਨੇ ਅਲੱਗ ਅਲੱਗ ਪੁਆਇੰਟ ਬਣਾਏ ਆ। ਉਹਨਾਂ ਦੇ ਵਿੱਚ ਜਿਹੜਾ ਕਹਿੰਦੇ ਕਿ ਇਸ ਸਮੇਂ ਦੇ ਦਰਮਿਆਨ CCTV ਕੈਮਰਾ ਉਹ ਕੋਈ ਵੀ ਟੁੱਟਿਆ ਨਹੀਂ ਹੈ, ਇੱਕ ਤਾਂ ਇਹ ਆ। ਨਾਲ ਦੀ ਨਾਲ ਜਿਹੜੇ ਹੋਰ ਵੀ ਕਈ ਚੀਜ਼ਾਂ ਨੇ ਉਹ ਵੀ ਉਹਨਾਂ ਨੇ ਸਾਫ਼ ਕੀਤੀਆਂ ਨੇ ਕਿ ਇੰਟਰਨੈਟ ਆ ਜਿਹੜਾ ਜਿਸ ਤਰ੍ਹਾਂ ਦੇ ਨਾਲ ਆਖਿਆ ਜਾ ਰਿਹਾ ਸੀ ਕਿ 3 ਜਨਵਰੀ ਨੂੰ ਆ ਜਿਹੜਾ ਉਹ ਉੱਥੇ ਸਰਵਰ ਆ ਜਿਹੜਾ ਬੰਦ ਹੋ ਗਿਆ, ਇਹਦੇ ਨਾਲ ਨਾਲ ਬਿਜਲੀ ਦੀ ਸਪਲਾਈ ਆ ਉਹਦੇ ਵਿੱਚ ਵੀ ਦਿੱਕਤ ਆਈ ਸੀ, ਇਹ ਚੀਜ਼ਾਂ ਸਾਰੀਆਂ ਸੀ। ਹੁਣ ਉਹਨਾਂ ਦੇ ਉੱਤੇ ਜਿਹੜੀਆਂ ਜਾਂ ਉਹ ਜਿਹੜੇ ਪਹਿਲਾਂ ਦੇ ਸਟੇਟਮੈਂਟਾਂ ਸੀਗੀਆਂ ਉਹ ਸਾਰੀਆਂ ਹੁਣ ਬਦਲ ਗਈਆਂ, ਜਾਂ ਇਹ ਆਖ ਸਕਦੇ ਹਾਂ ਕਿ ਜਿਹੜੀਆਂ ਪਹਿਲਾਂ ਸਟੇਟਮੈਂਟਾਂ ਦੇ ਤਹਿਤ ਇਹ ਗੱਲਾਂ ਆਖੀਆਂ ਸੀ, ਹੁਣ RTI ਦੇ ਵਿੱਚ ਉਹ ਚੀਜ਼ਾਂ ਉਹਨਾਂ ਦੇ ਨਾਲ ਮੇਲ ਨਹੀਂ ਖਾਂਦੀਆਂ। ਜਿੱਦਾਂ ਹੀ ਇਹ ਜਿਹੜਾ ਇੱਕ ਦਾ ਵਾਇਰ ਜਿਹੜੀ ਸੰਸਥਾ
ਨਿਊਜ਼ ਏਜੰਸੀ ਆ ਉਹਨੇ ਇਹ ਸਾਰੀਆਂ ਚੀਜ਼ਾਂ ਨੇ ਨਸ਼ਰ ਕੀਤੀਆਂ ਨੇ ਕਿ ਆਰ ਟੀ ਦੇ ਤਹਿਤ ਇਨਫੋਰਮੇਸ਼ਨ ਮਿਲੀ ਸੀ, ਜਿਸ ਤੋਂ ਬਾਅਦ ਹੁਣ ਜਿਹੜੀਆਂ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਸਟੇਟਮੈਂਟਾਂ ਸੀ ਉਹਨਾਂ ਦੇ ਉਲਟ ਆਉਣ ਕਰਕੇ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਚ ਆ ਗਏ ਆ। ਜਿਸ ਤਰ੍ਹਾਂ ਦੇ ਨਾਲ ਜਿਹੜਾ ਪਰਚਾ ਦਰਜ ਹੋਇਆ ਸੀ ਜਿਹਦੇ ਵਿੱਚ ਕਰੀਬ ਮੈਨੂੰ ਲੱਗਦਾ ਕਿ 18-20 ਦੇ ਆਸ ਪਾਸ ਸੀਗੇ, ਆਇਸ਼ਾ ਗੋਸ਼ ਉਹਦੇ ਵਿੱਚ ਉਹਦਾ ਨਾਮ ਵੀ ਸ਼ਾਮਿਲ ਸੀਗਾ, ਜੇ ਐਨ ਯੂ ਜਿਹੜਾ ਇੱਕ ਸਟੂਡੈਂਟ ਵਿੰਗ ਆ ਉੱਥੋਂ ਦਾ, ਉਹਨਾਂ ਦਾ ਨਾਮ ਵੀ ਸੀ, ਹੋਰ ਵੀ ਕਈ ਬੰਦੇ ਸੀ, ਕਾਫੀ ਬੰਦੇ ਸੀਗੇ, ਉਹਨਾਂ ਦਾ ਨਾਮ ਸ਼ਾਮਿਲ ਸੀ। ਤਾਂ ਹੁਣ ਜੇ ਉਹਨਾਂ ਦੇ ਉਲਟ ਇਸ ਤਰ੍ਹਾਂ ਦੇ ਨਾਲ ਆ ਜਾਂਦਾ ਤਾਂ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦੀ ਹੈ, ਯੂਨੀਵਰਸਿਟੀ ਦੇ ਉੱਤੇ ਦੁਬਾਰਾ ਫਿਰ ਸਵਾਲ ਉੱਠਦੇ ਨੇ ਕਿ ਜੇ ਉਸ ਵੇਲੇ ਇਸ ਤਰ੍ਹਾਂ ਦੇ ਨਾਲ ਜਾਂ ਉਸ ਵੇਲੇ ਝੂਠ ਬੋਲ ਕੇ ਸਟੇਟਮੈਂਟ ਦੇ ਕੇ ਪਰਚਾ ਦਰਜ ਹੋਇਆ ਤੇ ਹੁਣ ਉਹਦੇ ਉਲਟ ਰਿਕਾਰਡ ਸਾਹਮਣੇ ਆ ਗਏ ਆ, ਜਾਂ ਆਰ ਟੀ ਆਈ ਦੇ ਤਹਿਤ ਜਿਹੜਾ ਇਨਫੋਰਮੇਸ਼ਨ ਮਿਲੀ ਹੈ, ਇੱਕ ਲੀਗਲ ਡਾਕੂਮੈਂਟ ਹੈ ਇਹ, ਤਾਂ ਇਹਨੂੰ ਲੈ ਕੇ ਕਿਤੇ ਨਾ ਕਿਤੇ ਸਵਾਲ ਖੜੇ ਹੋ ਗਏ ਆ। ਹੁਣ ਦੇਖਣ ਵਾਲੀ ਗੱਲ ਇਹ ਆ ਕਿ ਇਸ ਤੋਂ ਬਾਅਦ ਯੂਨੀਵਰਸਿਟੀ ਦੀ ਪ੍ਰਤੀਕਿਰਿਆ ਕੀ ਆਉਂਦੀ ਆ, ਤੇ ਦੂਜੇ ਪਾਸੇ ਦੇ ਤੋਂ ਇਸੇ ਡਾਕੂਮੈਂਟ ਦੇ ਆਧਾਰ ਦੇ ਉੱਤੇ ਜਿਹੜਾ ਉਹ ਪੁਲਿਸ ਦੀ ਕਾਰਵਾਈ ਦੇ ਉੱਤੇ ਵੀ ਸਵਾਲ ਉੱਠਣਗੇ, ਨਾਲ ਦੀ ਨਾਲ ਸਾਰੀ ਕਾਰਵਾਈ ਹੈ ਜਿਹੜੀ ਉਹਦੇ ਉੱਤੇ ਸਵਾਲ ਖੜੇ ਹੋਣਗੇ ਜੀ। ਜੀ ਜੀ ਬਿਲਕੁਲ, ਸਵਾਲ ਤਾਂ ਵਾਕਿਆ ਹੀ ਬਹੁਤ ਨੇ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਹੁਣ ਅਕਾਲੀ ਭਾਜਪਾ ਦੀ ਦਿੱਲੀ ਦੇ ਵਿੱਚ ਜਿਹੜੀ ਟੁੱਟਣ ਤੋਂ ਬਾਅਦ ਹੁਣ ਅਮਿਤ ਸ਼ਾਹ ਨੇ ਕਹਿੰਦੇ ਦਿੱਤਾ ਇੱਕ ਵੱਡਾ ਬਿਆਨ। ਦੇਖੋ ਅਮਿਤ ਸ਼ਾਹ ਦੇ ਬਿਆਨ ਬੜੇ ਕੜਾਕੇਦਾਰ ਆਉਂਦੇ, ਕਈ ਵਾਰ ਇਸ ਤਰ੍ਹਾਂ ਦੇ ਬਿਆਨ ਆ ਜਾਂਦੇ ਨੇ ਕਿ ਸਮਝ ਨਹੀਂ ਆਉਂਦੀ ਕਿ ਬਿਆਨ ਦਾ ਮਤਲਬ ਕਿਹੜੇ ਪਾਸੇ ਜਾਂਦਾ ਪਿਆ ਜਾਂ ਗੱਲ ਕਿਹੜੇ ਪਾਸੇ ਜਾਂਦੀ। ਹਾਲੇ ਅੱਜ ਦੀਆਂ ਅਖਬਾਰਾਂ ਦੇ ਵਿੱਚ ਸਵੇਰੇ ਹੀ ਕੜਕਦਾਰ ਬਿਆਨ ਪੜ੍ਹਿਆ, ਜਾਂ ਕੱਲ੍ਹ ਪ੍ਰੈਸ ਕਾਨਫਰੰਸ ਹੋਈ ਆ ਉਹਦੇ ਵਿੱਚ ਜਿਹੜਾ ਅਕਾਲੀ ਦਲ ਨੇ ਜਿਹੜਾ ਉਹ ਕਾਰਨ ਦਿੱਤਾ ਕਿ ਉਹ 22 ਸਾਲ ਪੁਰਾਣਾ ਜਿਹੜਾ ਰਿਸ਼ਤਾ ਉਹ ਉਹਨਾਂ ਦਾ ਟੁੱਟ ਗਿਆ, ਜਾਂ ਉਹ ਭਾਜਪਾ ਦੇ ਨਾਲ ਸਟੈਂਡ ਨਹੀਂ ਕਰੇ। ਉਹਦਾ ਕਾਰਨ ਇਹ ਸੀਗਾ ਜਿਹੜਾ ਉਹਨਾਂ ਨੇ ਦੱਸਿਆ ਕਿ ਉਹ ਜਿਹੜਾ ਇਹ ਨਾਗਰਿਕਤਾ ਸੋਧ ਬਿੱਲ ਆ ਉਹਦੇ ਸਟੈਂਡ ਦੇ ਵਿੱਚ ਜਿਹੜਾ ਉਹ ਭਾਜਪਾ ਦੇ ਨਾਲ ਨਹੀਂ ਖੜੇਗੀ, ਉਹਦੇ ਵਿਰੋਧ ਦੇ ਵਿੱਚ ਆ, CAA ਦੇ ਵਿਰੋਧ ਦੇ ਵਿੱਚ ਆ। ਤਾਂ ਹੁਣ ਉਹਨੂੰ ਲੈ ਕੇ ਇਹ ਹਾਲੇ ਤੱਕ ਜਿਹੜਾ ਉਹ ਬਿਆਨਬਾਜ਼ੀ ਆਉਂਦੀਆਂ ਪੰਗਾਂ ਨੇ, ਇੱਧਰੋਂ ਜਿਹੜੇ ਟਕਸਾਲੀ ਆ ਉਹ ਅਲੱਗ ਆਪਣੇ ਬਿਆਨ ਦਿੰਦੇ ਪਏ ਆ, ਉੱਧਰੋਂ ਦਿੱਲੀ ਦੇ ਵਿੱਚ ਲੀਡਰ ਨੇ ਜਿਹੜੇ ਅਕਾਲੀਆਂ ਦੇ ਉਲਟ ਨੇ ਉਹ ਅਲੱਗ ਤਰ੍ਹਾਂ ਦੇ ਬਿਆਨ ਦਿੰਦੇ ਪਏ ਨੇ, ਕਹਿਣ ਤੋਂ ਭਾਵ ਕਿ ਅਕਾਲੀ ਦਲ ਨੂੰ ਘੇਰਨ ਦੇ ਲਈ ਲਗਾਤਾਰ ਆ ਜਿਹੜਾ ਉਹ ਵਾਰ ਕਰਦੇ ਪਏ ਨੇ। ਕੋਈ ਆਖਦਾ ਪਿਆ ਕਿ ਕੇਂਦਰ ਦੀਆਂ ਏਜੰਸੀਆਂ ਤੁਰਦੇ ਪਏ ਨੇ, ਉਹਦੇ ਕਰਕੇ ਇਹਨਾਂ ਨੇ ਸਰੈਂਡਰ ਕਰਤਾ, ਜਾਂ ਉਹਦੇ ਕਰਕੇ ਜਿਹੜਾ ਇਹ ਪਹਿਲਾਂ ਇਹਨੇ ਆਖਿਆ ਸੀ ਕਿ ਚੋਣ ਲੜਾਂਗੇ ਹੁਣ ਮੁੱਕਰ ਗਏ ਨੇ, ਹੋਰ ਵੀ ਕਈ ਡਰਾਵੇ ਆ ਜਿਹੜੇ ਉਹ ਇਸ ਤਰ੍ਹਾਂ ਦੇ ਉਹਨਾਂ ਵੱਲੋਂ ਜਿਹੜਾ ਦਾਅਵੇ ਕੀਤੇ ਜਾ ਰਹੇ ਆ। ਪਰ ਹੁਣ ਇਸ ਦੇ ਉਲਟ ਜਿਹੜੇ ਹੋਮ ਮਿਨਿਸਟਰ ਨੇ ਅਮਿਤ ਸ਼ਾਹ, ਤਾਂ ਉਹਨਾਂ ਦਾ ਹੁਣ ਇੱਕ ਬਿਆਨ ਆਇਆ, ਅਮਿਤ ਸ਼ਾਹ ਨੇ ਆਪ ਦਿੱਤਾ, ਕਹਿੰਦੇ ਕਿ ਜਿਹਨੇ ਵਿਰੋਧ ਕਰਨਾ ਉਹ ਕਰੇ ਪਰ ਨਾਗਰਿਕਤਾ ਕਾਨੂੰਨ ਆ ਜਿਹੜਾ ਉਹ ਵਾਪਸ ਨਹੀਂ ਹੋਣਾ ਗਾ। ਇਹ ਬਿਆਨ ਆ ਜਿਹੜਾ ਅਮਿਤ ਸ਼ਾਹ ਦਾ ਅੱਜ ਆਇਆ। ਤਾਂ ਅਮਿਤ ਸ਼ਾਹ ਨੇ ਜਿਹੜਾ ਇੱਕ ਰੈਲੀ ਸੀ ਉਸ ਨੂੰ ਸੰਬੋਧਨ ਕਰਦੇ ਪਏ ਸੀ, ਉੱਥੇ ਇਹਨਾਂ ਨੇ ਇਹ ਵਿਰੋਧ ਮਾਫ਼ ਕਰਨਾ ਇਹ ਬਿਆਨ ਆ ਜਿਹੜਾ ਦਿੱਤਾ। ਪਰ ਇਸ ਬਿਆਨ ਦੇ ਹੁਣ ਕਈ ਮੈਨੇ ਨਿਕਲ ਆਉਂਦੇ ਆ। ਇੱਕ ਪਾਸੇ ਦੇਖੋ ਇੱਧਰ ਆ ਕਿ ਠੀਕ ਆ ਕਿ ਜਿਹੜਾ ਭਾਜਪਾ ਨੇ ਜਾਂ ਇਹ ਆਖ ਲਿਆ ਜਾਵੇ ਕਿ ਸਰਕਾਰ ਨੇ ਆ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਦੂਜੇ ਪਾਸੇ ਨਾਲ ਦੀ ਨਾਲ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਲਗਾਤਾਰ ਚਰਚਾਵਾਂ ਚੱਲਦੀਆਂ ਪਈਆਂ ਨੇ ਕਿ ਜਿਹੜੀਆਂ 2022 ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਉਹਦੇ ਵਿੱਚ ਅਕਾਲੀ ਭਾਜਪਾ ਜਿਹੜੀਆਂ ਨੇ ਉਹ ਦੋਨੋਂ ਅਲੱਗ ਅਲੱਗ ਆ ਜਿਹੜੀਆਂ ਨੇ ਚੋਣਾਂ ਲੜਨਗੀਆਂ, ਜਾਂ ਇਹ ਆਖ ਲਿਆ ਜਾਂਦਾ ਕਿ ਭਾਜਪਾ ਜਿਹੜੀ ਹੁਣ ਉਹ ਦਾਅਵੇਦਾਰੀ ਪੇਸ਼ ਕਰੇਗੀ। ਆਪਣਾ ਮੁੱਖ ਮੰਤਰੀ ਦੇ ਵੀ ਬਿਆਨ ਇਹਨਾਂ ਦੇ ਆਉਂਦੇ ਪਏ ਨੇ ਕਈ ਲੀਡਰਾਂ ਦੇ ਕਿ ਸਾਡਾ ਆਪਣਾ ਮੁੱਖ ਮੰਤਰੀ ਹੋਏਗਾ, ਜਾਂ ਭਾਜਪਾ ਦੇ ਵਰਕਰ ਚਾਹੁੰਦੇ ਨੇ ਕਿ ਜੀ ਉਹਨਾਂ ਦਾ ਆਪਦਾ ਮੁੱਖ ਮੰਤਰੀ ਦਾਅਵੇਦਾਰ ਹੋਏਗਾ ਜਾਂ ਸਰਕਾਰ ਬਣੇਗੀ। ਤਾਂ ਹੁਣ ਇਸ ਸਭ ਦੇ ਬਾਵਜੂਦ ਉਸ ਮੌਕੇ ਦੇ ਉੱਤੇ ਜਦੋਂ ਇਸ ਤਰ੍ਹਾਂ ਦਾ ਬਿਆਨ ਆਉਂਦਾ ਅਮਿਤ ਸ਼ਾਹ ਦਾ, ਤਾਂ ਕਿਤੇ ਨਾ ਕਿਤੇ ਇਹਨੂੰ ਲੈ ਕੇ ਸਿਆਸਤ ਹਾਲੇ ਹੋਰ ਗਰਮਾਏਗੀ। ਉੱਧਰੋਂ ਦੂਜੇ ਪਾਸੇ ਇਹਨਾਂ ਉੱਤੇ ਵਿਰੋਧੀਆਂ ਨੇ ਵੀ ਪਲਟਵਾਰ ਕਰਨੇ ਆ। ਨਾਲ ਦੀ ਨਾਲ ਜਿਹੜਾ ਹੁਣ ਦੇਖਣ ਵਾਲੀ ਇਹ ਗੱਲ ਹੋਏਗੀ ਕਿ ਇਹਦੀ ਤਹਿਤ ਜਿਹੜਾ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਇਸ ਬਿਆਨ ਨੂੰ ਕਿਸ ਤਰ੍ਹਾਂ ਦੇ ਨਾਲ ਲੈਂਦੇ ਨੇ, ਉੱਧਰੋਂ ਨਾਲ ਦੀ ਨਾਲ ਕੈਪਟਨ ਅਮਰਿੰਦਰ ਸਿੰਘ ਵੀ ਇਹਨਾਂ ਦੇ ਉੱਤੇ ਪਲਟਵਾਰ ਕਰਨਗੇ, ਤੇ ਨਾਲ ਦੀ ਨਾਲ ਜਿਹੜੇ ਪੰਜਾਬ ਦੇ ਜਿਹੜਾ ਇਹਨਾਂ ਦਾ ਵਿੰਗ ਆ ਭਾਜਪਾ ਦਾ ਉਹ ਵੀ ਲਗਾਤਾਰ ਬਿਆਨ ਦਿੰਦਾ ਪਿਆ। ਹੁਣ ਇਹਦੇ ਨਾਲ ਇਹ ਹੋਏਗਾ ਕਿ ਕਿਤੇ ਨਾ ਕਿਤੇ ਨਾ ਹੋਏ ਕਿ ਉਹਨਾਂ ਦੇ ਬਿਆਨ ਆ ਜਿਹੜੇ ਉਹ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੱਧ ਜਾਣ, ਜਾਂ ਕਿਤੇ ਨਾ ਕਿਤੇ ਜਿਹੜੀਆਂ ਦੂਰੀਆਂ ਨੇ ਜਿਹੜੀਆਂ ਕਵਰ ਹੋਣ ਦੀ ਥਾਂ ਦੇ ਉੱਤੇ ਉਹ ਹੋਰ ਆ ਜਿਹੜੀਆਂ ਉਹ ਵੱਧ ਜਾਣ, ਇਹ ਵੀ ਉਮੀਦ ਜਿਹੜੀ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਿਆਨ ਨੂੰ ਲੈ ਕੇ, ਖਾਸ ਕਰਕੇ ਅਮਿਤ ਸ਼ਾਹ ਦੇ ਬਿਆਨ ਨੂੰ ਲੈ ਕੇ, ਜਿਹੜਾ ਪੰਜਾਬ ਦੀ ਸਿਆਸਤ ਆ ਉਹਦੇ ਵਿੱਚ ਕਿਸ ਤਰ੍ਹਾਂ ਦੀ ਰੰਗਤ ਆਉਂਦੀ ਆ, ਇਹ ਇੱਕ ਦੋ ਦਿਨਾਂ ਦੇ ਵਿੱਚ ਹੋਰ ਜਿਹੜੀਆਂ ਨੇ ਉਹ ਸਥਿਤੀਆਂ ਹੋਰ ਸਪਸ਼ਟ ਹੋ ਜਾਂਦੀਆਂ ਜੀ।
ਜੀ ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਕਾਂਗਰਸੀਆਂ ਨੇ ਆਪਣੇ ਅਹੁਦੇਦਾਰ ਕਿਤੇ ਵਿਹਲੇ ਬਣਾਈ 10 ਮੈਂਬਰੀ ਕਮੇਟੀ। ਦੇਖੋ ਇਹ ਹੈ ਕਿ ਜਿਹੜੇ ਇਹਨਾਂ ਦਾ ਜਥੇਬੰਧਕ ਢਾਂਚਾ ਸੀ ਜਿਹਦੇ ਤਹਿਤ ਇਹਨਾਂ ਨੇ ਪੰਜਾਬ ਪ੍ਰਧਾਨ ਜਿਹੜੇ ਸੁਨੀਲ ਜਾਖੜ ਆ ਉਹਨਾਂ ਨੂੰ ਛੱਡ ਕੇ ਸਾਰੇ ਅਹੁਦੇਦਾਰ ਭਾਵ ਕੇ ਜ਼ਿਲ੍ਹਾ ਪੱਧਰ ਦੀਆਂ ਜਿਹੜੀਆਂ ਕਮੇਟੀਆਂ ਨੇ ਅਹੁਦੇਦਾਰ ਨੇ ਜਾਂ ਹੋਰ ਜਿਹੜੇ ਰਾਜ ਦੇ ਅਹੁਦੇਦਾਰ ਨੇ ਪੰਜਾਬ ਦੇ ਉਹ ਸਾਰਿਆਂ ਨੂੰ ਇਹਨਾਂ ਨੇ ਜਿਹੜਾ ਉਹ ਭੰਗ ਕਰਤੇ ਸੀਗਾ, ਕਹਿਣ ਭਾਵ ਕੇ ਸਾਰੇ ਅਹੁਦੇਦਾਰ ਵਿਲੀ ਕਰ ਦਿੱਤੇ। ਉਹਦੇ ਬਦਲੇ ਦੇ ਵਿੱਚ ਪਹਿਲਾਂ ਇਹ ਇਹਨਾਂ ਨੇ ਸਾਰੇ ਅਹੁਦੇਦਾਰ ਹਟਾ ਤੇ, ਉਸ ਤੋਂ ਥੋੜਾ ਜਿਹਾ ਟਾਈਮ ਬਾਅਦ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਜਿਹਦੇ ਵਿੱਚ 11 ਮੈਂਬਰੀ ਕਮੇਟੀ ਆ। ਉਹ ਇਹਨਾਂ ਨੇ ਦੱਸਿਆ ਕਿ ਉਹਦੇ ਤਹਿਤ ਜਿਹੜਾ 11 ਮੈਂਬਰੀ ਕਮੇਟੀ ਆ ਉਹ ਆਈ ਆ, ਉਹਦੇ ਵਿੱਚ ਇਹਨਾਂ ਨੇ ਚਾਰ ਆ ਜਿਹੜੇ ਉਹ ਮੰਤਰੀ, ਸ਼ਾਇਦ 4 ਮੰਤਰੀ ਨੇ ਉਹ ਲਏ ਨੇ, ਉਹਦੇ ਨਾਲ ਨਾਲ 2 ਇਹਨਾਂ ਨੇ ਵਿਧਾਇਕ ਲਏ ਆ, ਕੁੱਲ ਉਹਦੇ ਵਿੱਚ 11 ਮੈਂਬਰ ਆ ਜਿਹੜੇ ਉਹ ਲਏ ਗਏ ਨੇ, ਜਿਹਨਾਂ ਦਾ ਕੰਮ ਜਾਂ ਖਾਸ ਕਰਕੇ ਸਰਕਾਰ ਤਰਫੋਂ ਇਹ ਆਖਿਆ ਗਿਆ ਕਿ ਸਰਕਾਰ ਤੇ ਪਾਰਟੀ ਦੇ ਵਿੱਚ ਜਿਹੜਾ ਉਹ ਆਪਸ ਦੇ ਵਿੱਚ ਤਾਲਮੇਲ ਬਣਿਆ ਰਹੇ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸਰਕਾਰ ਦੇ ਆਪਣੇ ਹੀ ਵਿਧਾਇਕ ਜਾਂ ਆਪਣੇ ਲੀਡਰ ਨੇ ਜਿਹੜੇ ਉਹ ਸਰਕਾਰ ਤੋਂ ਨਾ ਖੁਸ਼ ਆ, ਲਗਾਤਾਰ ਇਸ ਤਰ੍ਹਾਂ ਦੇ ਨਾਲ ਬਿਆਨਬਾਜ਼ੀ ਕਰਦੇ ਪਏ, ਬੇਸ਼ੱਕ ਉਹ ਪ੍ਰਤਾਪ ਬਾਜਵਾ ਹੋਣ, ਬੇਸ਼ੱਕ ਹੋਰ ਲੀਡਰ ਹੋਣ, ਜਾਂ ਬੇਸ਼ੱਕ ਜਿਸ ਤਰ੍ਹਾਂ ਦੇ ਨਾਲ ਸਿਆਸੀ ਸਲਾਹਕਾਰ ਆ ਜਿਹੜੇ ਉਹਨਾਂ ਦੇ ਉੱਤੇ ਵੀ ਲਗਾਤਾਰ ਤਲਵਾਰ ਖੜਕਦੀ ਰਹੀ ਹੈ, ਰਾਜਾ ਵੜਿੰਗ ਨੇ ਵੀ ਅਸਤੀਫਾ ਦੇ ਦਿੱਤਾ, ਜਾਂ ਹੋਰ ਵੀ ਕਾਫੀ ਕੁਛ ਜਿਹੜਾ ਇੱਧਰ ਉੱਧਰ ਕਾਲਾ ਮਾਲਾ ਚੱਲਦਾ ਪਿਆ, ਉਹ ਸਾਰੇ ਕੁਛ ਨੂੰ ਕਵਰ ਕਰਨ ਦੇ ਲਈ ਕਿਤੇ ਨਾ ਕਿਤੇ ਇਹ ਜਿਹੜਾ ਕਮੇਟੀ ਆ ਉਹ ਬਣਾਈ ਗਈ ਆ, ਨਵੀਂ ਕਮੇਟੀ ਬਣਾਈ ਗਈ ਆ। ਤਾਂ ਹੁਣ ਦੇਖਣਾ ਹੋਵੇਗਾ ਕਿ ਇਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਜਾਂ ਖਾਸ ਕਰਕੇ ਪੰਜਾਬ ਦੇ ਕਾਂਗਰਸ ਆ ਜਿਹੜੀ ਜਾਂ ਸਰਕਾਰ ਤੇ ਆਪਸ ਦੇ ਵਿੱਚ ਜਿਹੜੇ ਸਰਕਾਰ ਦੇ ਨਾਲ ਨਾਲ ਕਾਂਗਰਸ ਪਾਰਟੀ ਦੇ ਅਹੁਦੇਦਾਰ ਦੇ ਕੀ ਉਹਨਾਂ ਦੇ ਵਿੱਚ ਟਾਈ ਅਪ ਹੋ ਸਕਦਾ, ਜਾਂ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਜਿਹੜੀ ਆਵਾਜ਼ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਬਗਾਵਤੀ ਸੁਰਾਂ ਆਉਂਦੀਆਂ ਪਈਆਂ ਸੀ, ਜਾਂ ਜਿਸ ਤਰ੍ਹਾਂ ਦੇ ਨਾਲ ਸਰਕਾਰ ਉੱਤੇ ਇਹਨਾਂ ਨੇ ਆਪਣੇ ਬੰਦੇ ਹੀ ਸਵਾਲ ਚੁੱਕਦੇ ਪਏ ਸੀ, ਕੀ ਉਹਨਾਂ ਨੂੰ ਕਵਰ ਕਰਨ ਦੇ ਵਿੱਚ ਕਾਮਯਾਬ ਹੋ ਪਾਉਂਦੇ ਆ, ਤਾਂ ਇਹਦੇ ਨਾਲ ਕਿਤੇ ਨਾ ਕਿਤੇ ਇਹ ਚੀਜ਼ਾਂ ਦੇਖਣ ਵਾਲੀ ਗੱਲ ਰਹੇਗੀ। ਪਰ ਫਿਲਹਾਲ ਲੱਗਦਾ ਨਹੀਂ ਕਿ ਹਾਲਾਤ ਆ ਜਿਹੜੇ ਉਹ ਇਹਨਾਂ ਨੂੰ ਹੈਂਡਲ ਕੀਤਾ ਜਾਏਗਾ, ਜਾਂ ਕਿਤੇ ਨਾ ਕਿਤੇ ਜਾ ਕੇ ਇਹਨਾਂ ਨੂੰ ਦਬਿਆ ਜਿਹੜੀਆਂ ਆਵਾਜ਼ਾਂ ਨੇ ਉਹਨਾਂ ਨੂੰ ਬੰਦ ਕੀਤਾ ਜਾਏਗਾ, ਪਰ ਨਾਲ ਦੀ ਨਾਲ ਇਹ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ। ਜੀ ਅਤੇ ਜਸਪਾਲ ਜੀ, ਇੱਕ ਵੀ ਖਬਰ ਆ ਰਹੀ ਹੈ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਆਖਿਰਕਾਰ ਕਹਿੰਦੇ 6 ਘੰਟਿਆਂ ਦੇ ਇੰਤਜ਼ਾਰ ਬਾਅਦ ਆਪਣੇ ਪੇਪਰ ਭਰੇ, ਅਤੇ ਉੱਥੇ 65 ਜਿਹੜੇ ਉਹਨਾਂ ਦੇ ਨਾਲ ਹੋਰ ਜਣੇ ਇਲੈਕਸ਼ਨ ਲੜ ਰਹੇ ਆ ਸੇਮ ਉੱਥੋਂ ਕੰਸਟੀਚੁਐਂਸੀ ਤੋਂ। ਦੇਖੋ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਨੋਮੀਨੇਸ਼ਨ ਫਾਈਲ ਕੀਤੇ ਤਾਂ ਉਸ ਵੇਲੇ ਇਹਨਾਂ ਨੇ ਇੱਕ ਵੱਡਾ ਇਕੱਠ ਆ ਜਿਹੜਾ ਉਹ ਪਹਿਲਾਂ ਰੋਡ ਸ਼ੋ ਵੀ ਕੀਤਾ, ਪਰ ਦੱਸਦੇ ਕਹਿੰਦੇ ਕਿ ਟਾਈਮ ਬੜਾ ਲੱਗ ਗਿਆ, 6 ਘੰਟੇ ਨਾਲ ਵੀ ਥੋੜੀ ਦੇਰ ਪਹਿਲਾਂ ਪੜ੍ਹਦਾ ਪਿਆ ਸੀ, ਉਹਨੂੰ ਲੈ ਕੇ ਉਹਨਾਂ ਨੇ ਇਹਨੂੰ ਸਾਜਿਸ਼ ਵੀ ਕਰਾਰ ਦਿੱਤਾ, ਕਹਿੰਦੇ ਕਿ ਸਾਜਿਸ਼ ਆ ਜਿਹਦੇ ਕਰਕੇ ਉਹਨਾਂ ਨੂੰ ਲੇਟ ਆ ਜਿਹੜਾ ਉਹ ਜਾਂ ਸਮਾਂ ਜ਼ਿਆਦਾ ਲੱਗਿਆ। ਪਰ ਇਸ ਸਭ ਦੇ ਬਾਵਜੂਦ ਜਿਸ ਤਰ੍ਹਾਂ ਦੇ ਨਾਲ ਦਿੱਲੀ ਦੇ ਵਿੱਚ ਜਾਂ ਖਾਸ ਕਰਕੇ ਮਾਹੌਲ ਪੱਕਿਆ ਹੋਇਆ, ਜਾਂ ਜਿਸ ਤਰ੍ਹਾਂ ਦੇ ਨਾਲ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੇ ਉਹ ਉਮੀਦਵਾਰ ਆ ਜਿਹੜੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਖਿਲਾਫ਼ ਖੜੇ ਹੋਏ ਨੇ, ਤਾਂ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਿਹੜੀਆਂ ਦਿਲਚਸਪ ਚੀਜ਼ਾਂ ਵੀ ਸਾਹਮਣੇ ਆ ਰਹੀਆਂ। ਨਾਲ ਦੀ ਨਾਲ ਆ ਜਿਹੜਾ ਇੱਥੇ ਹੀ ਜਿਹੜਾ ਪੂਰਾ ਜ਼ੋਰ ਆ ਜਿਹੜਾ ਉਹ ਬੇਸ਼ੱਕ ਕਹਿ ਲਓ ਕਿ ਆਮ ਆਦਮੀ ਪਾਰਟੀ ਦਾ ਜਾਂ ਦੂਸਰੀਆਂ ਪਾਰਟੀਆਂ ਨੇ, ਕਾਂਗਰਸ ਕਹਿ ਲਓ ਨਾਲ ਨਾਲ ਬੀਜੇਪੀ ਕਹਿ ਲਓ, ਸਾਰੀਆਂ ਪਾਰਟੀਆਂ ਦੀ ਜਿਹੜਾ ਉਹ ਅੱਡੀ ਚੁੱਟੀ ਦਾ ਜ਼ੋਰ ਲੱਗਿਆ ਹੋਇਆ ਦਿੱਲੀ ਦੇ ਉੱਤੇ ਖਾਸ ਕਰਕੇ, ਕਿਉਂਕਿ ਬੜੇ ਲੰਬੇ ਚਿਰਾਂ ਨੂੰ ਲੈ ਕੇ ਜਿਹੜਾ ਉਹ ਦਿੱਲੀ ਦੇ ਉੱਤੇ ਭਾਜਪਾ ਦੇ ਵੀ ਕਈ ਉਮੀਦਵਾਰਾਂ ਦੇ ਬਿਆਨ ਆਉਂਦੇ ਪਏ ਸੀ, ਕਈ ਲੀਡਰਾਂ ਦੇ ਹੋਰ ਵੀ ਜਿਹੜਾ ਇਹਨੂੰ ਲੈ ਕੇ ਜਿਹੜਾ ਆਉਂਦੇ ਪਏ ਸੀ, ਕਿਉਂਕਿ ਇੱਧਰੋਂ ਹੁਣੇ ਹੁਣੇ ਜਿਹੜਾ ਉਹ ਨੱਡਾ ਨੂੰ ਦਿੱਲੀ ਦੇ ਵਿੱਚ ਜਿਹੜਾ ਜ਼ਿੰਮੇਵਾਰੀ ਸੌਂਪੀ ਗਈ ਆ ਤੇ ਉਹ ਕੰਪਲੇਂਟ ਸਾਰੀ ਦੇਖਣਗੇ। ਤਾਂ ਇਸੇ ਤਰ੍ਹਾਂ ਦੇ ਨਾਲ ਕਿਉਂਕਿ ਜਿਹੜਾ ਹੁਣ ਦੇਖਣ ਵਾਲੀ ਗੱਲ ਆ ਕਿ ਇੱਧਰੋਂ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਵਿਕਾਸ ਦੇ ਮੁੱਦੇ ਤੇ ਚੋਣ ਲੜਦੀ ਪਈ ਆ, ਉੱਧਰੋਂ ਨਾਲ ਦੀ ਨਾਲ ਕਾਂਗਰਸ ਆ ਉਹ ਵੀ ਆਪਣਾ ਜਿਹੜਾ ਲਗਾਤਾਰ ਜਿਹੜਾ ਇੱਥੇ ਜਿਹੜਾ ਦਾਅਵੇਦਾਰੀਆਂ ਕਰਦੀ ਪਈ ਆ। ਇਸ ਸਭ ਦੇ ਬਾਵਜੂਦ ਦਿਲਚਸਪ ਨਤੀਜੇ ਜਿਹੜੇ ਆਉਣ ਦੀ ਉਮੀਦ ਆ, ਨਾਲ ਦੀ ਨਾਲ ਇਸ ਤੋਂ ਪਹਿਲਾਂ ਨਤੀਜੇ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਜਿਹੜਾ ਖਬਰਾਂ ਆਉਂਦੀਆਂ ਨੇ ਤਾਂ ਉਹ ਵੀ ਦੇਖਣ ਵਾਲੀਆਂ ਰਹਿਣੀਆਂ ਕਿ ਕਿਸ ਤਰ੍ਹਾਂ ਦੇ ਨਾਲ ਚੋਣਾਂ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਨਾਲ ਮਾਹੌਲ ਆ ਜਿਹੜਾ ਉਹ ਬਣਿਆ ਰਹਿੰਦਾ। ਜੀ ਜੀ ਅਗਲੀ ਜੇ ਆਪਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਜਸਪਾਲ ਜੀ, ਜਿਹੜੇ DSP ਅਤੁਲ ਸੋਨੀ ਉਹਨਾਂ ਦੇ ਉੱਤੇ ਇੱਕ FIR ਵੀ ਦਰਜ ਹੋਈ ਸੀ ਵੀ ਆਪਣੀ ਵਾਈਫ ਦੇ ਉੱਤੇ ਉਹਨਾਂ ਨੇ ਗੋਲੀ ਚਲਾਈ ਆ, ਅਤੇ ਹੁਣ ਕਹਿੰਦੇ ਉਸ ਪੂਰੇ ਮਾਮਲੇ 'ਚ ਯੂਟਰਨ ਸਾਹਮਣੇ ਆਇਆ। ਦੇਖੋ ਇਸ ਮਾਮਲੇ ਦੇ ਵਿੱਚ ਹੁਣ ਯੂਟਰਨ ਇਹ ਸਾਹਮਣੇ ਆਇਆ ਜਿੰਨਾ ਕੁ ਹੈ ਕਿ
ਪਹਿਲਾਂ ਤਾਂ ਉਹਦੇ ਵਿੱਚ ਜਿਹੜਾ ਇਹ ਸੀਗਾ ਚੱਲ ਕਿ ਪਰਚਾ ਜਿਹੜਾ ਉਹ ਦਰਜ ਹੋ ਗਿਆ। ਉਸ ਤੋਂ ਬਾਅਦ ਬੇਸ਼ੱਕ ਜਿਹੜਾ ਕੋਈ ਇਹਦੇ ਵਿੱਚ ਅਰੈਸਟ ਜਿਹੜਾ ਉਹ ਨਹੀਂ ਹੋਈ ਸੀ। ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇੱਕ ਜਿਹੜਾ ਕੈਫੀ ਡਾਇਵਰਟ ਸੀਗਾ ਉਹਨਾਂ ਦੀ ਵਾਈਫ ਦਾ ਸ਼ਾਇਦ ਉਹ ਵਾਇਰਲ ਹੋਇਆ ਸੀ। ਉਹ ਬੜਾ ਵਟਸਐਪ ਤੇ ਜਾਂ ਹੋਰ ਵੀ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਉਹ ਵਾਇਰਲ ਸੀ ਕਿ ਉਹਨਾਂ ਨੇ ਯੂ ਟਰਨ ਲੈ ਲਿਆ। ਪਰ ਥੋੜੀ ਦੇਰ ਪਹਿਲਾਂ ਮੈਂ ਬਿਆਨ ਸੁਣਦਾ ਪਿਆ ਸੀ ਜਿਹੜੇ ਮੋਹਾਲੀ ਤੋਂ ਜਿਹੜਾ ਪੁਲਿਸ ਅਧਿਕਾਰੀ ਨੇ ਉਹ ਆਖਦੇ ਪਏ ਆ ਕਿ ਇਸ ਤਰ੍ਹਾਂ ਦੀ ਚੀਜ਼ ਜਾਂ ਇਸ ਤਰ੍ਹਾਂ ਦਾ ਬਿਆਨ ਫਿਲਹਾਲ ਉਹ ਇੱਥੇ ਐਗਜਿਸਟ ਨਹੀਂ ਕਰਦਾ ਜਾਂ ਸਾਡੇ ਤੱਕ ਨਹੀਂ ਪਹੁੰਚਿਆ, ਕਿਉਂਕਿ ਜਿਹੜੀ ਉਹਨਾਂ ਨੇ ਪਹਿਲਾਂ ਸਟੇਟਮੈਂਟ ਦਿੱਤੀ ਆ ਉਹ ਹੈਂਡ ਰਿਟਨ ਆ, ਉਹ ਵੀ ਦੇਖਿਆ ਜਾਏਗਾ। ਜੇ ਕਿਤੇ ਐਗਜਿਸਟ ਕਰਦਾ ਤਾਂ ਉਹਨਾਂ ਨੂੰ ਲੈ ਕੇ ਹਾਲੇ ਤੱਕ ਕਹਿੰਦੇ ਸਾਡੇ ਕੋਲ ਆ ਜਿਹੜਾ ਇਸ ਤਰ੍ਹਾਂ ਦਾ ਕੋਈ ਨਹੀਂ ਅਪਡੇਟ ਆਇਆ ਜਾਂ ਹਾਲੇ ਤੱਕ ਉਹਨਾਂ ਤੱਕ ਜਿਹੜਾ ਉਹ ਫਿਜ਼ੀਕਲੀ ਜਾਂ ਕਿਸੇ ਤਰੀਕੇ ਦੇ ਨਾਲ ਹੈਂਡ ਓਵਰ ਨਹੀਂ ਕੀਤਾ ਗਿਆ। ਤਾਂ ਫਿਲਹਾਲ ਪੁਲਿਸ ਇਸ ਮਾਮਲੇ ਨੂੰ ਅਲੱਗ ਅਲੱਗ ਐਂਗਲਸ ਤੋਂ ਦੇਖਦੀ ਪਈ ਆ ਕਿ ਆਖਿਰਕਾਰ ਕੀ ਮਾਮਲਾ ਸੀ ਜਾਂ ਮਤਲਬ ਕਿ ਜਿਹੜਾ ਇਹ ਐਫੀਡੈਵਿਟ ਆ ਜਾਂ ਯੂ ਟਰਨ ਆ ਉਹ ਹਾਲੇ ਤੱਕ ਉਹਨੂੰ ਲੈ ਕੇ ਪੁਲਿਸ ਆ ਡਿਨਾਈ ਕਰਨੀ ਪਈ ਆ। ਫਿਲਹਾਲ ਮਾਮਲਾ ਦਰਜ ਆ, ਪੁਲਿਸ ਉਹਦੇ ਉੱਤੇ ਕਾਰਵਾਈ ਕਰਦੀ ਪਈ ਆ, ਪਰ ਫਿਲਹਾਲ ਇਹਦੇ ਵਿੱਚ ਕੋਈ ਠੋਸ ਕਾਰਵਾਈ ਜਾਂ ਜਿਸ ਤਰ੍ਹਾਂ ਦੇ ਨਾਲ ਵੈਪਨ ਜਿਹੜਾ ਰਿਕਵਰ ਹੋਇਆ ਉਹਦੀ ਵੀਡੀਓਗ੍ਰਾਫੀ ਹੈ ਜਿਹੜੀ ਉਹ ਵੀ ਕੀਤੀ ਹੈ ਪੁਲਿਸ ਨੇ ਦਾਅਵਾ ਕੀਤਾ, ਤਾਂ ਉਹ ਸਾਰੀਆਂ ਚੀਜ਼ਾਂ ਦਾ ਸਾਹਮਣੇ ਆਏਗਾ। ਪਰ ਫਿਲਹਾਲ ਇਹਨੂੰ ਲੈ ਕੇ ਕਿਸੇ ਵੀ ਧਿਰ ਨੇ ਜਿਹੜਾ ਉਹ ਬਿਆਨ ਆ ਉਹ ਮੀਡੀਆ ਦੇ ਸਾਹਮਣੇ ਨਹੀਂ ਦਿੱਤਾ। ਜੀ ਜੀ ਤੇ ਜਸਪਾਲ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਉੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਹੁਣ ਸਮਾਪਤ ਹੈ, ਮਿਲਦੇ ਹਾਂ ਅਗਲੀ ਵਾਰ, ਉਹ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ, ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।